ਬੱਬੇ ਨਾ ਮਿਕਨੇ ਸਾਨੂੰ ਸੀ ਕਿਸਾਨੀ ਬਖਸ਼ੀ ਪਾਜਾ ਬਾਲੇ ਮੇ ਕਲਮਾ ਦੇ ਖੰਡੇ ਦਿੱਲੀ ਹੈ ਰਹਿਦੀ ਦੁਨੀਆ ਤੇ ਕਿਵੇਂ ਜਾਣਦੇ ਹਾਂ ਕਿਸਾਨ ਵੀਰਾਂ ਨੇ ਦਿੱਲੀ ਨੂੰ ਕੁਝ ਕਰਨਾ ਸੀ ਪਰ ਖਨਾਰੀ ਅਤੇ ਸ਼ੰਭੂ ਬਾਰਡਰ ਤੇ ਉਹਨਾਂ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਕਾਫੀ ਦੁਰਵਿਵਹਾਰ ਹੋਇਆ ਅਤੇ ਉਹਨਾਂ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਉਹਨਾਂ ਉੱਪਰ ਅੰਨੇ ਵਾਹ ਗੋਲੀਆਂ ਚਲਾਈਆਂ ਜਿਸ ਤੇ ਚਲਦਿਆਂ ਬਠਿੰਡਾ ਦੇ ਰਹਿਣ ਵਾਲੇ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਦੱਸ ਦਈਏ ਕਿ ਸ਼ੁਭਕਰਨ ਦੋ ਪੈਣਾ ਦਾ ਇਕਲੌਤਾ ਵੀਰ ਸੀ ਹਾਲਾਂਕਿ ਸ਼ੁਭਕਰਨ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਨਾਕਾਮਯਾਬ ਰਹੇ ਉਥੇ ਹੀ ਸ਼ੁਭਕਰਨ ਦੀ ਖਨੌਰੀ ਬਾਰਡਰ ਤੇ ਲਾਸਟ ਵੀਡੀਓ ਸਾਹਮਣੇ ਆਈ ਹੈ ਜੋ ਤੁਸੀਂ ਸਕਰੀਨ ਤੇ ਚੱਲਦੀ ਵੀ ਵੇਖ ਸਕਦੇ ਹੋ ਉਤੇ ਹੀ ਜੇਕਰ ਆਪਾਂ ਗੱਲ ਕਰੀਏ ਸ਼ੁਭਕਰਨ ਦੀ ਨਵੀਂ ਅਪਡੇਟ ਦੀ ਤਾਂ ਹਾਲ ਹੀ ਵਿੱਚ 17 ਸਾਲ ਪਹਿਲਾਂ ਛੱਡ ਕੇ ਗਈ ਸ਼ੁਭਕਰਨ ਦੀ ਮਾਂ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਹਾਲਾਂਕਿ ਇਸ ਮਾਂ ਨੂੰ ਪੁੱਤ ਦਾ ਦੁੱਖ ਨਹੀਂ ਸਗੋਂ ਪੈਸੇ ਦੀ ਲਾਲਸਾ ਸਾਹਮਣੇ ਲੈ ਕੇ ਆਈ ਹੈ ਜਿਉਂ ਹੀ ਭਗਵੰਤ ਮਾਨ ਵੱਲੋਂ 1 ਕਰੋੜ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਤਾਂ ਮਾਂ ਵੱਲੋਂ ਵੱਖ-ਵੱਖ ਚੈਨਲਸ ਤੇ ਇੰਟਰਵਿਊ ਦਿੱਤੇ ਜਾਣ ਲੱਗੇ ਜਿਨ੍ਹਾਂ ਵਿੱਚ ਉਹ ਸਹੁਰਿਆਂ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਉਂਦੀ ਹੋਈ ਦਿਖਾਈ ਦਿੱਤੀ ਪਰ ਪਿੰਡ ਵਾਲਿਆਂ ਵੱਲੋਂ ਉਸਦੀ ਮਾਂ ਨੂੰ ਝੂਠੀ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਇਸ ਦਾ ਤਾਂ ਅੱਜ ਤੋਂ ਬਹੁਤ ਸਾਲ ਪਹਿਲਾਂ ਵਿਆਹ ਹੋ ਗਿਆ ਸੀ ਅਤੇ ਨਾ ਹੀ ਇਸ ਨੇ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਹੈ। ਸ਼ੁਭਕਰਨ ਸਿੰਘ ਨੂੰ ਦਾਦੀ ਦੇ ਵੱਲੋਂ ਪਾਲਿਆ ਗਿਆ ਹੈ ਅਤੇ ਜੋ ਵੀ ਐਲਾਨ ਹੋਏ ਨੇ ਉਸ ਦੀ ਸਵਿਧਾ ਜਾਂ ਤਾਂ ਭੈਣਾਂ ਨੂੰ ਮਿਲਣੀ ਚਾਹੀਦੀ ਹੈ ਤੇ ਜਾਂ ਫਿਰ ਦਾਦੀ ਅਤੇ ਪਿਓ ਨੂੰ। ਬਾਕੀ ਤੁਸੀਂ ਸ਼ੁਭਕਰਨ ਦੀ ਮਾਂ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ।